ਹਾਂਜੀ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਗੱਲ ਕਰ ਲਈਏ ਕੱਲ ਵਾਲੀਆਂ ਟਿੱਪਣੀਆਂ ਦੀ ਗੱਲ ਕਰਨੀ ਹੈ ਤੇ ਬਹੁਤ ਵਧੀਆ ਤਿਆਰੀ ਕਰ ਰਹੇ ਹੋ ਚੰਗਾ ਲੱਗਦਾ ਜਦੋਂ ਤੁਸੀਂ ਇਸ ਤਰੀਕੇ ਨਾਲ ਟਿੱਪਣੀਆਂ ਕਰਦੇ ਹੋ ਪਰ ਥੋੜੇ ਜੇ ਆਰਾਮ ਨਾਲ ਸਬਰ ਨਾਲ ਤਸੱਲੀ ਕਰਕੇ ਟਿੱਪਣੀ ਕਰਿਆ ਕਰੋ ਦੇਖੋ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਮੈਂ ਇਹ ਸੋਚਦਾ ਹੁੰਨਾ ਕਾਫੀ ਮਿਹਨਤ ਦੇ ਨਾਲ ਜੇ 5 ਪ੍ਰਸ਼ਨ ਵੀ ਲੈ ਕੇ ਆਉਣੇ ਆ ਤਾਂ ਤਸੱਲੀ ਕਰਕੇ ਆਪਣੇ ਵੱਲੋਂ ਜੇ ਮੈਂ ਕਹਾ ਤਾਂ 99 ਦਸੰਮਲਵ 99 ਫੀਸ ਦੇ ਕੋਸ਼ਿਸ਼ ਕਰਦਾ ਹੁੰਦਾ ਦੇਖੋ ਗਲਤੀ ਹੋ ਜਾਂਦੀ ਆ ਉਚਾਰਨ ਦੇ ਵਿੱਚ ਵੀ ਕਮੀਆਂ ਹੁੰਦੀਆਂ ਨੇ ਹਮੇਸ਼ਾ ਕਹਿੰਦੇ ਆ ਮੈਂ ਸਾਨੂੰ ਦੁਲਕੇ ਪਰ ਹਾਂ ਜਿੱਥੋਂ ਤੱਕ ਮੈਨੂੰ ਲੱਗਦਾ ਹੁੰਦਾ ਮੈਂ ਕੱਲ ਦੀ ਗੱਲ ਕਰੀ ਤਾਂ ਆਪਾਂ ਸਭ ਦਾਵਲੀ ਦੀ ਗੱਲ ਆ ਉਹ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 11ਵੀਂ ਜਮਾਤ ਦੀ ਚੌਨਵੀਂ ਪੰਜਾਬੀ ਦੀ ਜਿਹੜੀ ਕਿਤਾਬ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੇ ਜਵਾਬ ਦਿੱਤੇ ਗਏ ਸੀ ਉਹੀ ਸੀਗੇ ਬਾਕੀ ਜ਼ਰੂਰ ਜੇ ਉਹ ਜਿਨ੍ਹਾਂ ਨੇ ਕੱਲ ਟਿੱਪਣੀ ਕੀਤੀ ਸੀ ਆਪਣੇ ਹਨਾ ਉਹ ਜਰੂਰ ਮੈਨੂੰ ਮੈਸੇਜ ਕਰ ਲਿਓ ਤੇ ਮੈਂ ਉਹਨਾਂ ਨੂੰ ਉਹ ਸਬੂਤ ਵੀ ਭੇਜ ਦਵਾਂਗਾ ਹਨਾ ਤੇ ਐਵੇਂ ਉਲਝਣ ਨਾ ਇਹਦਾ ਚੰਗਾ ਲੱਗਦਾ ਵੈਸੇ ਤੁਹਾਡੇ ਇਸ ਤਰ੍ਹਾਂ ਕਰਨ ਨਾਲ ਤਸੱਲੀ ਮੈਂ ਦੁਬਾਰਾ ਵੀ ਤਸੱਲੀ ਕੀਤੀ ਤੇ ਜੇ ਰਣ ਮਿਲ ਕੇ ਆਪਾਂ ਐਵੇਂ ਕਰਾਂਗੇ ਤਾਂ ਚੰਗੀ ਗੱਲ ਆ ਅੱਜ ਦੇ ਸਵਾਲ ਲੈ ਕੇ ਆਏ ਆਪਾਂ ਜਿਹੜੇ ਕਿ ਸਭ ਤੋਂ ਪਹਿਲਾਂ ਗੱਲ ਕਰ ਲਈ ਆਪਾਂ ਹੀਰ ਵਾਰਿਸ ਦੀ ਜਦੋਂ ਗੱਲ ਕਰਦੇ ਆ ਕਿ ਸੰਪੂਰਨਤਾ ਜਿਹੜੀ ਉਹ ਕਿਸੇ ਦੀ ਕਦੋਂ ਮੰਨੀ ਜਾਂਦੀ ਹੈ ਕਦੋਂ ਹੋਈ ਸੀਗੀ ਤਕਰੀਬਨ ਤੁਹਾਡੇ ਸਾਹਮਣੇ ਸਕਰੀਨ ਤੇ ਤੁਸੀਂ ਦੇਖ ਲਓ ਜਿਹੜੇ ਵਿਕਲਪ ਆ ਗਏ ऐसे तरीके ਨਾਲ ਕੋ ਮਾਫਰਾ ਕੀ ਆ ਸਕਦੇ ਨੇ ਮੈਂ ਬੋਲਾਂਗਾ ਨਹੀਂ ਪਰ ਤੁਸੀਂ ਦੇਖ ਲੈਣਾ ਸਕਰੀਨ ਤੇ ਇਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਬਕਲਪ ਸਹੀ ਆ ਜੀ ਹੁਣ ਕਈ ਹੀ ਕਹਿਣਗੇ 67 ਵੀ ਕਹਿਣਗੇ ਕਈ 68 ਵੀ ਕਹਿਣਗੇ ਪਰ ਤੁਸੀਂ ਦੇਖਣਾ ਇਹ ਸਾਡੇ ਕੋਲੇ ਸਬੂਤ ਕਿਹੜੀ ਕਿਤਾਬ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਨੂੰ ਅਸੀਂ ਸਭ ਤੋਂ ਪਹਿਲਾਂ ਲੈ ਕੇ ਚੱਲਦੇ ਆ ਠੀਕ ਹੈ ਨਾ ਬਾਕੀ ਫਿਰ ਵੱਖੋ ਵੱਖਰੀ ਵਿਦਵਾਨਾਂ ਦੀ ਯੂਨੀਵਰਸਿਟੀ ਦੀਆਂ ਕਿਤਾਬਾਂ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਬਾਅਦ ਦੇ ਵਿੱਚ ਕਿਉਂਕਿ ਅਸੀਂ ਬੱਚਿਆਂ ਨੂੰ ਜਿਹੜਾ ਮੋਡ ਹੈ ਨਾ ਬੱਚਿਆਂ ਨੂੰ ਪੜਾਉਣ ਦਾ ਇੱਥੋਂ ਸੋ ਨਹੀਂ ਹੁੰਦਾ ਸਾਹਿਤ ਨਾਲ ਜੋੜਨਾ 11ਵੀਂ 12ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੋਂ ਲੈ ਕੇ ਸਾਡੇ ਕੋਲ ਸਬੂਤ ਹੈ ਵੀ ਕੀ ਤੁਸੀਂ ਬੱਚਿਆਂ ਨੂੰ ਗਲਤ ਪੜਾਉਣ ਪੜਾਉਣ ਦੇ ਲਈ ਭੇਜਿਆ ਨੇ ਕਿਤਾਬਾਂ ਸਭ ਤੋਂ ਪਹਿਲਾ ਸਬੂਤ ਅਸੀਂ ਇਹ ਲੈ ਕੇ ਆਵਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਤਾਬਕ 1766 ਅੱਗੇ ਚੱਲਦੇ ਚੰਡੀ ਦੀ ਵਾਰ ਨੂੰ ਜੰਗਨਾਮਾ ਕਿਸ ਵਿਦਵਾਨ ਨੇ ਕਿਹਾ ਦੇਖੋ ਚੰਡੀ ਦੀ ਵਾਰ ਨੂੰ ਵੀ ਜੰਗਨਾਮਾ ਕਿਹਾ ਗਿਆ ਕਿ ਸੁਭਿਦਵਾਨ ਨੇ ਕਿਹਾ ਸਕਰੀਨ ਤੇ ਦੇਖੋ ਹਾਂਜੀ ਚੈਨਲ ਤੇ ਜਿਹੜੇ ਪਹਿਲੀ ਵਾਰ ਆਏ ਆ ਉਹ ਸਬਸਕ੍ਰਾਈਬ ਯਰਰ ਕਰ ਲਓ ਚੈਨਲ ਨੂੰ ਤਾਂ ਕਿ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਦੇਖੋ ਜੇ ਚਾਰਾਂ ਦੇ ਵਿੱਚੋਂ ਸੋਚਿਆ ਤੁਸੀਂ ਬਿਲਕੁਲ ਸਹੀ ਸੋਚ ਲਿਆ ਜੀ ਤੀਜਾ ਬਕਲਪਾ ਜਿਹੜਾ ਸੰਸ਼ੇਰ ਸਿੰਘ ਹਾਂਜੀ ਬਿਲਕੁਲ ਸਹੀ ਹੈ ਜੀ ਇਹਹੀ ਬਕਲਪਾ ਸਹੀ ਹੈ ਤੇ ਲਿਖ ਕੇ ਰੱਖ ਲਓ ਤੇ ਅਖੀਰ ਅਗਲਾ ਸਵਾਲ ਲਿਖਦੇ ਆਪਾਂ ਬਰਿਆਮ ਸਿੰਘ ਸੰਧੂ ਸਾਡੇ ਸਮਿਆਂ ਦਾ ਘੱਟ ਲਿਖਣ ਵਾਲਾ ਵੱਡਾ ਕਹਾਣੀਕਾਰ ਇੱਕ ਸਵਾਲ ਇੱਥੇ ਹੀ ਬਣ ਗਿਆ ਘੱਟ ਲਿਖਣ ਵਾਲਾ ਵੱਡਾ ਕਹਾਣੀਕਾਰ ਕੌਣਾ ਬਰਿਆਮ ਸਿੰਘ ਸੰਧੂ ਆ ਪਰ ਕਿਹਾ ਕਿਸ ਨੇ ਆ ਸੇਖੋ ਨੇ ਕਿਹਾ ਪਾਤਰ ਨੇ ਕਿਹਾ ਰਾਮ ਸਰੂਪਾਂਖੀ ਨੇ ਕਿਹਾ ਜਾਂ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਨਹੀਂ ਕਿਹਾ ਜੇ ਦੇਖੀਏ ਇਥੇ ਸਰਜੀਤ ਪਾਤਰ ਨੂੰ ਕਿਉਂ ਸ਼ਾਮਲ ਕੀਤਾ ਗਿਆ ਤਾਂ ਜ਼ਰੂਰ ਤੁਸੀਂ ਧਿਆਨ ਰੱਖਣਾ ਕਿਉਂਕਿ ਸਰਜੀਤ ਪਾਤਰ ਦਾ ਜਨਮ ਜਿਹੜੇ ਸਾਲ ਦੇ ਵਿੱਚ ਆ ਉਸੇ ਸਾਲ ਦੇ ਵਿੱਚ ਬਰਿਆਮ ਸਿੰਘ ਸੰਧੂ ਦਾ ਜਨਮ ਆ ਇਹ ਗੱਲ ਨੂੰ ਯਾਦ ਰੱਖਿਓ ਤਾ ਕਰਕੇ ਸਰਜੀਤ ਪਾਤਰ ਨੂੰ ਵੀ ਸਾਮਲ ਕੀਤਾ ਗਿਆ ਪਰ ਸਰਜੀਤ ਪਾਤਰ ਨੇ ਕਹੀਆਂ ਗੱਲਾਂ ਨਹੀਂ ਕਹੀ ਇਹ ਬੱਕਰੀ ਗੱਲ ਆ ਹਾਂਜੀ ਬਿਲਕੁਲ ਸਹੀ ਸੋਚਿਆ ਤੁਸੀਂ ਜੇ ਧਿਆਨ ਆ ਪੜਿਆ ਹੋਇਆ ਤਾਂ ਰਾਮ ਸਰੂਪ ਅਣਖੀ ਨੇ ਗੱਲ ਕਹੀ ਆ ਸਾਡੇ ਸਮਿਆਂ ਦਾ ਘੱਟ ਲਿਖਣ ਵਾਲਾ ਵੱਡਾ ਕਹਾਣੀਕਾਰ ਅੱਗੇ ਚੱਲਦੇ ਆਪਾਂ ਨਵੰਬਰ 1934 ਦੇ ਵਿੱਚ ਕਿਸ ਲੇਖਕ ਦਾ ਜਨਮ ਹੋਇਆ ਕਿਸ ਲੇਖਕ ਦਾ ਜਨਮ ਹੋਇਆ ਰਗਵੀਰ ਟੰਡ ਦਾ ਹੋਇਆ ਜਾਂ ਅਜੀਤ ਕੌਰ ਦਾ ਹੋਇਆ ਜਾਂ ਸੁਜਾਨ ਸਿੰਘ ਦਾ ਹੋਇਆ ਜਾਂ ਫਿਰ ਪਹਿਲਾ ਤੇ ਦੂਜਾ ਵਿਕਲਪ ਦੋਮਾ ਦਾ ਹੀ ਹੋਇਆ ਜਾਂ ਪਹਿਲਾ ਤੇ ਤੀਜਾ ਵਿਕਲਪ ਦੋਮਾ ਦਾ ਹੋਇਆ ਟੰਡ ਤੇ ਸੁਜਾਨ ਜਾਂ ਟੰਡ ਤੇ ਅਜੀਤ ਕੌਰ ਬਿਲਕੁਲ ਸਹੀ ਹੈ ਜੀ ਯਾਦ ਰੱਖਣ ਦੇ ਤਰੀਕਿਆਂ ਦੇ ਵਿੱਚ ਫਰਕ ਹੋ ਸਕਦਾ ਜਨਮ ਪੱਤਰੀਆਂ ਦੇ ਵਿੱਚ ਫਰਕ ਹੋ ਸਕਦਾ ਪਰ ਅਰਗਵੀਰ ਟੰਡ ਤੇ ਅਜੀਤ ਕੌਰ ਦਾ ਜਨਮ ਨਵੰਬਰ 1934 ਦੇ ਵਿੱਚ ਹੋਇਆ ਯਾਦ ਰੱਖਿਓ ਅਗਲੀ ਗੱਲ ਕਰਦੇ ਆਪਾਂ ਚੰਦਨવાડી ਦੀ ਪੂਮੇਕਾ ਕਿਸ ਨੇ ਲਿਖੀ ਹੈ ਭਾਈ ਵੀਰ ਸਿੰਘ ਨੇ ਲਿਖੀ ਹੈ ਪਾਈ ਕਾਨ ਸਿੰਘ ਨਾਬਾ ਜੀ ਨੇ ਲਿਖਿਆ ਸੰਤ ਸਿੰਘ ਸੇਖੋਂ ਨੇ ਲਿਖਿਆ ਜਾਂ ਪਹਿਲਾ ਤੇ ਦੂਜਾ ਦੋਮਾ ਨੇ ਲਿਖਿਆ ਜਾਂ ਫਿਰ ਪਹਿਲੇ ਤੇ ਤੀਜੇ ਨੇ ਲਿਖਿਆ ਇਹ ਗਮਨਤਿਆਂ ਦੇ ਵਿੱਚ ਰੱਖਣਾ ਵੀਡੀਓ ਦੇ ਵਿੱਚ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਟਿੱਪਣੀ ਕਰਕੇ ਜਰੂਰ ਦੱਸਿਓ ਤੇ ਅੱਜ ਕਿੰਨੇ ਨੰਬਰ ਵੰਨਗੇ ਤੁਹਾਡੇ ਪੰਜਾਂ ਚੋਂ ਕਿੰਨੇ ਸਹੀ ਸੀਗੇ ਜਾਂ ਫਿਰ ਤੇ ਉਹ ਵੀ ਦੱਸਣਿਆ ਤੇ ਨਾਲ ਦੀ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਜਰੂਰ ਕਰਿਆ ਕਰੋ ਤੇ ਇਹਦਾ ਜਵਾਬ ਬਿਲਕੁਲ ਸਹੀ ਸੋਚਿਆ ਜਿਨ੍ਹਾਂ ਨੇ ਭਾਈ ਵੀਰ ਸਿੰਘ ਤੇ ਭਾਈ ਕਾਨ ਸਿੰਘ ਨਾਬਾ ਦੋਮਾ ਨੇ ਇਹ ਲਿਖਿਆ ਜਿੱਥੋਂ ਤੱਕ ਮੇਰੇ ਕੋਲੇ ਜਾਣਕਾਰੀ ਆ ਬਾਕੀ ਕੋਈ ਤੁਹਾਡੇ ਕੋਲੇ ਜਾਣਕਾਰੀ ਨਹੀਂ ਦੱਸਿਆ ਕਰੋ ਆਪਾਂ ਨਵੀਂ ਵੀਡੀਓ ਦੇ ਵਿੱਚ ਬਹੁਤ ਜਲਦ ਮਿਲਾਂਗੇ ਹਾਸ ਦੇ ਵਾਜ ਦੇ ਰਹੋ